ਤੁਸੀਂ ਦੇਖ ਰਹੇ ਹੋ ਸਾਂਝੀ ਵੀ ਨਿਊਜ਼ ਪੋਰਟਲ। ਸਿਵਲ ਹਸਪਤਾਲ ਫਲੋਰ ਦੇ ਇੱਕ ਡਾਕਟਰ ਉੱਪਰ ਆਪਰੇਸ਼ਨ ਕਰਨ ਨੂੰ ਲੈ ਕੇ 10,000 ਦੀ ਰਿਸ਼ਵਤ ਲੈਣ ਦੇ ਆਰੋਪ ਲੱਗੇ ਹਨ, ਜਿਸ ਦੀ ਇੱਕ ਵੀਡੀਓ ਵੀ ਵਾਇਰਲ ਹੋਈ ਹੈ। ਜਾਣਕਾਰੀ ਅਨੁਸਾਰ ਪਿੰਡ ਨਾਗਲਰ ਦੀ ਕੁਲਵਿੰਦਰ ਕੌਰ ਦਾ ਹਰਨੀਆ ਦਾ ਆਪਰੇਸ਼ਨ ਹੋਣਾ ਸੀ ਅਤੇ ਸਿਵਲ ਹਸਪਤਾਲ ਫਲੋਰ 'ਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰ ਨੇ ਮਰੀਜ਼ ਦੇ ਪਰਿਵਾਰਕ ਮੈਂਬਰਾਂ ਤੋਂ ਆਪਰੇਸ਼ਨ ਲਈ 10,000 ਦੀ ਰਿਸ਼ਵਤ ਦੀ ਮੰਗ ਕੀਤੀ ਅਤੇ ਜਦੋਂ ਪੀੜਿਤ ਪਰਿਵਾਰ ਵੱਲੋਂ ਉਕਤ ਡਾਕਟਰ ਨੂੰ 9,000 ਰੁਪਏ ਦਿੱਤੇ ਗਏ ਤਾਂ ਪਰਿਵਾਰ ਵੱਲੋਂ ਉਸ ਦੀ ਵੀਡੀਓ ਬਣਾ ਲਈ ਗਈ, ਜਿਸ ਤੋਂ ਬਾਅਦ ਸ਼ੁੱਕਰਵਾਰ ਨੂੰ ਉਕਤ ਮਰੀਜ਼ ਦਾ ਹਰਨੀਆ ਦਾ ਆਪਰੇਸ਼ਨ ਕਰ ਦਿੱਤਾ। ਜਾਣਕਾਰੀ ਮੁਤਾਬਕ ਮਰੀਜ਼ ਦਾ ਭਗਤ ਪੂਰਨ ਸਿੰਘ ਯੋਜਨਾ ਦਾ ਮੁਫ਼ਤ ਮੈਡੀਕਲ ਕਾਰਡ ਵੀ ਬਣਿਆ ਹੋਇਆ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਹਲਕੇ ਦੇ ਸਿਆਸੀ ਆਗੂ ਤੋਂ ਫੋਨ ਵੀ ਕਰਵਾਇਆ ਗਿਆ ਸੀ, ਪਰ ਡਾਕਟਰ ਨੇ 10,000 ਚੋਂ ਸਿਰਫ 1,000 ਰੁਪਏ ਹੀ ਕਟਾਏ। ਉਹਨਾਂ ਨੇ ਪ੍ਰਸ਼ਾਸਨ ਤੋਂ ਉਕਤ ਡਾਕਟਰ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਜੋ ਅਜਿਹੇ ਪੈਸੇ ਦੇ ਲਾਲਚੀ ਲੋਕ ਗਰੀਬਾਂ ਦੀ ਹੋਰ ਲੁੱਟ ਨਾ ਕਰ ਸਕਣ। ਅਸੀਂ ਸਾਰੇ ਪ੍ਰੈਸ ਰਿਪੋਰਟਰ ਭਰਾਵਾਂ ਨੂੰ ਬੇਨਤੀ ਆ, ਕੱਲ ਅਸੀਂ ਹਸਪੀਟਲ ਲੇਡੀਜ਼ ਨੂੰ ਲੈ ਕੇ ਗਏ, ਉਹਨਾਂ ਦਾ ਹਰਨੀਆ ਦਾ ਆਪਰੇਸ਼ਨ ਹੋਣਾ ਸੀ, ਟੈਸਟ ਵਗੈਰਾ ਸਾਰੇ ਕਰਾਏ। ਮੁੰਡਾ ਇੰਪਲੋਈ ਸੀ ਮੇਰੇ ਕੋਲ ਕੰਮ ਕਰਦਾ, ਉਹਨਾਂ ਦੀ ਮਦਰ ਇਨ ਲਾਅ ਸੱਸ ਪਿੰਡ ਨਾਗਰਿਆਂ ਤੋਂ ਹੈਗਾ, ਮੁੰਡਾ ਪਵਾਰੀ ਤੋਂ ਆ, ਇਹਨਾਂ ਦੀ ਸੱਸ ਨਾਗਰਿਆਂ ਤੋਂ ਆ, ਆਪਣੇ ਨਾਲ ਹੀ ਪਿੰਡ ਪੈਂਦਾ। ਇਹ ਡਾਕਟਰ ਸਾਹਿਬ ਕੋਲ ਗਏ ਆ, ਡਾਕਟਰ ਸਾਹਿਬ ਨੇ 10,000 ਰੁਪਏ ਦੀ ਡਿਮਾਂਡ ਇਹਨਾਂ ਨੂੰ ਕੀਤੀ ਆ। ਡਾਕਟਰ ਉਪਿੰਦਰ ਸੀ ਜੀ, ਉਪਿੰਦਰ ਜੀ ਸੀਗੇ, ਉਹਨਾਂ ਨੇ 10,000 ਰੁਪਏ ਦੀ ਡਿਮਾਂਡ ਕੀਤੀ ਆ। ਮੁੰਡਾ ਮੇਰੇ ਕੋਲ ਆਇਆ, ਮੈਨੂੰ ਕਹਿੰਦਾ ਭਾਅ ਜੀ ਮੈਨੂੰ 5-6 ਹਜ਼ਾਰ ਦੀ ਮਦਦ ਦਿਓ। ਮੈਂ ਕਿਹਾ ਕਾਕਾ ਕੀ ਗੱਲ ਹੋਈ? ਕਹਿੰਦਾ ਭਾਅ ਜੀ ਡਾਕਟਰ ਸਾਹਿਬ ਨੇ 10,000 ਰੁਪਏ ਦੀ ਰਿਸ਼ਵਤ ਮੰਗੀ। ਮੈਂ ਕਿਹਾ ਸਰਕਾਰੀ ਹਸਪੀਟਲ 'ਚ ਤਾਂ ਪੈਸੇ ਨਹੀਂ ਲੱਗਦੇ, ਜਿਹੜੇ ਫਾਈਲ ਬਣਾਉਣ ਦੇ ਪੈਸੇ ਲੱਗਦੇ ਉਹ ਆਪਾਂ ਦੇਵਾਂਗੇ। ਇਹਨਾਂ ਨੇ ਉਹ ਗੱਲਬਾਤ ਕੀਤੀ ਅਤੇ ਮੈਂ ਕਿਹਾ ਚੱਲ ਮੈਂ ਵਿਧਾਇਕ ਸਾਹਿਬ ਨੂੰ ਫੋਨ ਕਰ ਦਿੰਦਾ, ਆਪਣੇ ਇਲਾਕੇ ਦੇ ਵਿਧਾਇਕ ਸਾਹਿਬ ਆ ਉਹਨਾਂ ਨੂੰ ਫੋਨ ਕਰ ਦੇਣਾ। ਉਹਨਾਂ ਦੇ ਉਹ ਅਵੇਲੇਬਿਲਟੀ ਨਹੀਂ ਹੋਈ, ਮੈਂ ਪੀਏ ਸਾਹਿਬ ਨੂੰ ਫੋਨ ਕੀਤਾ, ਉਹਨਾਂ ਨੇ ਹੋਸਪਿਟਲ ਫੋਨ ਕੀਤਾ, ਉਹ ਕਹਿੰਦੇ ਹਾਲਾਂਕਿ ਭਾਅ ਜੀ ਇਹਨਾਂ ਕੋਲ ਪੂਰਨ ਸਿੰਘ ਯੋਜਨਾ ਜਿਹੜੀ ਬਾਦਲ ਸਾਹਿਬ ਨੇ ਬਣਾਈ ਸੀ ਉਹਦੇ ਕਾਰਡ ਵੀ ਸੀਗੇ, ਉਹ ਕਾਰਡ ਵੀ ਸਾਡੇ ਅਸੈਪਟ ਨਹੀਂ ਕੀਤੇ ਗਏ, ਜਦਕਿ ਹਸਪਿਟਲ 'ਚ ਪੋਸਟਰ ਵੀ ਲੱਗੇ ਹੋਏ ਕਿ ਉਹ ਪੂਰਨ ਸਿੰਘ ਵਾਲੀ ਸਕੀਮ ਜਿਹੜੀ ਉਹ ਚੱਲਦੀ। ਉਹਨਾਂ ਨੇ ਫੋਨ ਕੀਤਾ ਅਤੇ ਡਾਕਟਰ ਸਾਹਿਬ ਕਹਿੰਦੇ ਤੁਹਾਨੂੰ ਕੁਛ ਰਿਆਇਤ ਕਰ ਦਿਆਂਗੇ। ਉਹਨਾਂ ਨਾਲ ਗੱਲਬਾਤ ਹੋ ਗਈ, ਸਾਰੇ ਟੈਸਟ ਹੋ ਗਏ। ਨੈਕਸਟ ਡੇ ਜਾਣੀ ਕਿ ਅੱਜ ਦੇ ਦਿਨ, ਅੱਜ 8 ਤਰੀਕ ਹੋ ਗਈ, 8 ਤਰੀਕ ਨੂੰ ਜਦੋਂ ਆਪਾਂ ਹੋਸਪਿਟਲ ਗਏ ਹਾਂ ਅਤੇ ਉਹਨਾਂ ਨੂੰ ਓਪਰੇਸ਼ਨ ਕਰਾਉਣ ਲਈ ਅੰਦਰ ਲੈ ਕੇ ਜਾਣ ਤੋਂ ਪਹਿਲਾਂ ਡਾਕਟਰ ਸਾਹਿਬ ਕਹਿੰਦੇ ਕਿ ਫੀਸ ਦਿਓ। ਅਸੀਂ ਕੱਲ੍ਹ ਦਾ ਹੀ ਇਹ ਪਲਾਨ ਕੀਤਾ ਸੀ, ਜੇ ਇਹਨਾਂ ਨੇ ਸਾਨੂੰ ਪੈਸੇ ਨਾ ਦਿੱਤੇ, ਪੈਸੇ ਨਾ ਮੰਗ ਕੀਤੀ ਤਾਂ ਫਿਰ ਅਸੀਂ ਇਹਨਾਂ ਦਾ ਸਟਿੰਗ ਓਪਰੇਸ਼ਨ ਕਰਨਾ। ਅਸੀਂ ਉਹਨਾਂ ਦੀ ਮੂਵੀ ਬਣਾਈ ਆ, ਸਾਡੇ ਲੜਕਿਆਂ ਨੇ ਮੂਵੀ ਬਣਾਈ ਆ ਜਿਹੜੀ ਅਸੀਂ ਪ੍ਰੈਸ ਰਿਪੋਰਟਰ ਭਰਾਵਾਂ ਨੂੰ ਸਾਰਿਆਂ ਨੂੰ ਦੇਤੀ ਆ। ਮੈਂ ਪ੍ਰਸ਼ਾਸਨ ਨੂੰ, ਉੱਪਰ ਡਿਪਟੀ ਡਾਇਰੈਕਟਰ ਨੂੰ, ਹੈਲਥ ਸਿਸਟਮ ਨੂੰ, ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਗਰੀਬਾਂ ਦਾ ਲਹੂ ਚੂਸੀ ਜਾਂਦੇ ਇੱਥੇ ਫਲੋਰ ਹਸਪੀਟਲ ਦੇ ਵਿੱਚ। ਪੈਸੇ ਦੀ ਮੰਗ ਕੀਤੀ? ਇਹ 10,000 ਦੀ ਮੰਗ ਕੀਤੀ, 9,000 ਚ ਫੈਸਲਾ ਹੋਇਆ ਜੀ। ਸਰ ਮੇਰਾ ਨਾਂ ਅਸ਼ਨੀ ਕੁਮਾਰ ਆ, ਮੈਂ ਪਿੰਡ ਪੁਆਰੀ ਦਾ ਰਹਿਣ ਵਾਲਾ ਹਾਂ। ਮੇਰੀ ਸੱਸ ਦੀਆਂ ਹਰਨੀਆਂ ਦਾ ਆਪਰੇਸ਼ਨ ਹੋਣਾ ਸੀ, ਸੱਸ ਮੇਰੀ ਆਪਣੇ ਨਾਗਰੇ ਪਿੰਡ ਤੋਂ, ਅਤੇ ਮੈਂ ਇੱਥੇ ਲੈ ਕੇ ਆਇਆ ਸਿਵਲ ਹੋਸਪਿਟਲ 'ਚ ਉਹਨਾਂ ਨੂੰ ਸਰਕਾਰੀ 'ਚ। ਡਾਕਟਰ ਰੁਪਿੰਦਰ ਨੂੰ ਮਿਲੇ ਅਤੇ ਅਸੀਂ ਆਪਰੇਸ਼ਨ ਬਾਰੇ ਉਹਨਾਂ ਨਾਲ ਗੱਲ ਕੀਤੀ, ਫਿਰ ਐਸਾ ਵੀ ਹਰਨੀਆਂ ਦਾ ਆਪਰੇਸ਼ਨ ਕਰਾਉਣਾ, ਅਤੇ ਉਹ ਕਹਿੰਦੇ ਵੀ 10,000 ਦਾ ਖਰਚਾ ਆਊਗਾ, ਠੀਕ ਹੈ ਜੀ। ਅਤੇ 10,000 ਰੁਪਇਆ ਜਦੋਂ ਉਹਨਾਂ ਨੂੰ ਦਿੱਤਾ ਅਤੇ ਹੁਣ ਉਹ ਦਵਾਈਆਂ ਵੀ ਸਾਨੂੰ ਬਾਹਰੋਂ ਲਿਖੇ ਦੇ ਰਹੇ ਆ, ਦਵਾਈਆਂ ਵੀ ਅਸੀਂ ਬਾਹਰੋਂ ਲਿਆ ਕੇ ਦਿੱਤੀਆਂ, ਅਤੇ ਸਰਕਾਰੀ ਹੋਸਪਿਟਲ ਦੇ ਵਿੱਚ ਫਿਰ ਵੀ 10,000 ਰੁਪਇਆ ਸਾਡੇ ਤੋਂ ਲੈ ਲਿਆ। ਕਾਹਦਾ ਲਿਆ? 10,000 10,000 ਆਪਰੇਸ਼ਨ ਦਾ, ਅਤੇ ਕੋਈ ਜਾਲੀ ਪੈਣੀ ਆ, ਕੋਈ ਆਹ ਦਵਾਈ ਆਉਣੀ ਆ ਸਾਡੇ ਸਾਹਮਣੇ ਜਦ ਲੈ ਕੇ ਗਏ ਅੰਦਰ ਕਮਰੇ 'ਚ, ਨਾਲੇ ਆਪਰੇਸ਼ਨ ਕਰਕੇ ਨਾਲੇ ਬਾਹਰ ਤੋਂ, ਕੋਈ ਜਾਲੀ ਨਹੀਂ ਲੈ ਕੇ ਆਏ, ਕੋਈ ਕੋਈ ਮੈਡੀਕਲ ਨਹੀਂ ਲੈ ਕੇ ਆਇਆ, ਬਸ ਇੱਦਾਂ ਹੀ ਆਪਰੇਸ਼ਨ ਕਰਕੇ ਨਾਲੇ ਬਾਹਰ। ਤੁਸੀਂ ਕੀ ਪ੍ਰੂਫ ਹੈ ਤੁਸੀਂ 10,000 ਦੋ? ਮੇਰੇ ਤੋਂ ਵੀਡੀਓ। ਕਿੱਦਾਂ? ਮੈਂ ਵੀਡੀਓ ਬਣਾਈ ਹੋਈ ਆ ਪੈਸੇ ਦਿੰਦੇ ਆ। ਤੁਹਾਡੇ ਕੋਲ ਪੈਸੇ ਲੈ ਉਹਨੇ ਨਾ? ਹਾਂਜੀ ਪੈਸੇ ਲਏ ਸਾਡੇ ਕੋਲ। ਉੱਧਰ ਜਦੋਂ ਇਸ ਸੰਬੰਧੀ ਸਾਡੇ ਪੱਤਰਕਾਰ ਰਾਜਕੁਮਾਰ ਨੰਗਲ ਨੇ ਆਰੋਪੀ ਡਾਕਟਰ ਉਪਿੰਦਰ ਨਾਲ ਗੱਲਬਾਤ ਕੀਤੀ ਤਾਂ ਡਾਕਟਰ ਨੇ ਆਪਣੇ ਤੇ ਲੱਗੇ ਸਾਰੇ ਆਰੋਪਾਂ ਨੂੰ ਬੇਬੁਨਿਆਦ ਦੱਸਿਆ ਅਤੇ ਕਿਹਾ ਕਿ ਉਸਨੇ ਕੋਈ ਵੀ ਪੈਸਾ ਨਹੀਂ ਲਿਆ। ਆਓ ਸੁਣਦੇ ਹਾਂ ਡਾਕਟਰ ਨਾਲ ਕੀਤੀ ਗੱਲਬਾਤ ਦੀ ਰਿਕਾਰਡਿੰਗ। ਨਮਸਕਾਰ, ਕੀ ਹਾਲ ਆ ਰਾਜਕੁਮਾਰ? ਮੈਨੂੰ ਭਾਖੜੀ ਦਾ ਫੋਨ ਆਇਆ ਸੀਗਾ। ਆਹੋ ਤੁਹਾਨੂੰ ਵੀ ਆਇਆ? ਮੈਨੂੰ ਵੀ ਆਇਆ ਸੀ ਫੋਨ। ਬਾਵਜੂਦ ਵੀ ਮੇਰੀ ਗੱਲ ਸੁਣ, ਪਹਿਲਾਂ ਨੂੰ ਕਹੀਦਾ ਉਹ ਚ ਜਾਲੀ ਪੈਣੀ ਆ, ਮਰੀਜ਼ ਆਪ ਸਮਾਨ ਲੈ ਕੇ ਆਇਆ, ਠੀਕ ਆ, ਮੈਂ ਕੁਝ ਨਹੀਂ ਲਿਆ ਦੂਆ, ਜੋ ਕੁਝ ਲਿਆ ਮਰੀਜ਼ ਲੈ ਕੇ ਆਇਆ। ਨਹੀਂ ਉਹਨਾਂ ਨੇ ਤੁਹਾਨੂੰ 10,000 ਰੁਪਇਆ ਗਿਣ, 9,000 ਰੁਪਇਆ ਗਿਣ ਕੇ ਦਿੱਤਾ ਨਾ ਤੁਹਾਨੂੰ? ਨਾ ਨਾ, ਮੈਨੂੰ ਕੁਝ ਨਹੀਂ ਦਿੱਤਾ। ਵੀਡੀਓ ਵੀਡੀਓ ਮੈਨੂੰ ਆਈ ਆ ਮੇਰੇ ਕੋਲ, ਵੀਡੀਓ ਸੱਚ ਉਹਦੇ ਕੋਲ ਪਖੜੀ ਕੋ, ਮੈਂ ਕਹੀ ਜਾਣਾ ਪਖੜੀ ਕੋ ਵੀਡੀਓ ਆ। ਮੈਨੂੰ 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 ਕਿਵੇਂ ਵੇਖ ਤੁਹਾਨੂੰ? ਵੀਡੀਓ ਮੇਰੇ ਕੋਲ ਨਹੀਂ ਹੈ ਨਾ, ਪਖੜੀ ਕੋਲ ਆ।
ਅੱਛਾ ਨਹੀਂ ਬਸ ਮੈਂ ਦੱਸ ਦਿੱਤਾ ਫਿਰ ਉਹਨੂੰ ਕਹਿੰਦਾ ਠੀਕ ਹੈ ਮੈਂ ਕੋਈ ਨੀ ਲਿਆ ਉਹਨੇ ਆਪ ਸਮਾਨ ਲੈ ਕੇ ਆਇਆ ਜਿੱਥੋਂ ਵੀ ਲੈ ਕੇ ਆਇਆ ਤੁਹਾਡਾ ਕੀ ਕਹਿਣਾ ਵੀ ਨਹੀਂ ਤੁਸੀਂ ਲਿਆ ਪੈਸੇ ਨਾ ਨਾ ਮੈਂ ਕੋਈ ਪੈਸਾ ਨਹੀਂ ਲਿਆ ਠੀਕ ਹੈ ਡਾਕਟਰ ਸਾਹਿਬ ਉਹ ਮੈਨੂੰ ਵੀਡੀਓ ਦਿਖਾਈ ਆ ਮੈਂ ਵੀਡੀਓ ਦੇਖ ਰਿਹਾ ਤੁਸੀਂ ਵਿੱਚੋਂ 9000 ਰੁਪਇਆ ਲਿਆ 10000 ਦੇ ਵਿੱਚੋਂ ਨਾ ਨਾ ਮੈਂ ਕੁਝ ਨਹੀਂ ਲਿਆ ਉਹਨੂੰ ਕਿਹਾ ਠੀਕ ਹੈ ਫਿਰ ਉਹ ਵੀਡੀਓ ਕਿੱਥੋਂ ਆ ਗਈ ਫਿਰ ਪਤਾ ਨਹੀਂ ਕੀ ਬਣਾਈ ਹੋਣੀ ਕਿੱਥੋਂ ਕੀਤਾ ਜੋ ਵੀ ਹੈਗਾ ਉਹਨੂੰ ਕਹੀਦਾ ਠੀਕ ਹੈ ਮਜਬੂਰੀ ਆ ਮੇਰੀ ਵੀ ਅਖਬਾਰ ਦੀ ਬੇਨਤੀ ਆ ਮੈਨੂੰ ਵੀ ਮਾੜਾ ਮੋਟਾ ਹਲਕੀ ਤਾਂ ਲਾਉਣੀ ਪਊਗੀ ਜੇ ਸਾਰਿਆਂ ਨੇ ਲਾਉਣੀ ਆ ਸਾਰੇ ਚੈਨਲ ਲਾ ਰਿਹਾ ਕੋਈ ਚੈਨਲ ਨਹੀਂ ਛੱਡ ਰਿਹਾ ਨਹੀਂ ਲਾ ਰਿਹਾ ਸਾਰੇ ਲਾ ਰਹੇ ਆ ਕੁਰਸੀ ਤੇ ਬੈਠੇ ਆਪਣੇ ਕਮਰੇ ਚ ਹਨਾ ਬੈਠੇ ਉੱਥੇ ਪੈਸੇ ਤੁਹਾਨੂੰ ਫੜਾ ਰਿਹਾ 9000 ਰੁਪਇਆ ਨਾ ਨਾ ਮੈਨੂੰ ਕੋਈ ਨੀ ਫੜਾਇਆ ਗੋਲ ਮੋਲ ਕਰਕੇ ਲਾਉਣੀ ਪਊਗੀ ਦੱਸੋ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਮਾੜਾ ਮੋਟਾ ਤੁਸੀਂ ਵੀ ਨਾ ਮੈਂ ਨੀ ਕੋਈ ਪੈਸਾ ਲਿਆ ਠੀਕ ਹੈ ਨਾ ਮੈਂ ਪੈਸਾ ਲਿਆ ਮਰੀਜ਼ ਆਪੇ ਸਮਾਨ ਲੈ ਕੇ ਆਇਆ ਜੋ ਵੀ ਸਮਾਨ ਸੀਗਾ ਵਾਪਸ ਲੈ ਗਿਆ ਠੀਕ ਹੈ ਜੀ ਠੀਕ ਹੈ ਧੰਨਵਾਦ ਬਾਕੀ ਨੂੰ ਸਮਝਾ ਦਈਏ ਭਾਸੜੀ ਨੂੰ ਵੀ ਜੇ ਕੋਈ ਸਾਡਾ ਨਾ ਫਿਰ ਪੰਗੇ ਲੈਣੇ ਫਿਰ ਅਸੀਂ ਨਹੀਂ ਤੁਹਾਡੇ ਕਿਸੇ ਨਾਲ ਕੋਆਪਰੇਟ ਨਹੀਂ ਕਰਨਾ ਠੀਕ ਹੈ ਤੁਸੀਂ ਉਹਨਾਂ ਨਾਲ ਗੱਲ ਕਰ ਲਓ ਫੋਨ ਤੇ ਸਿੱਧਾ ਪਖੜੀ ਨਾ ਇਸ ਤੋਂ ਬਾਅਦ ਜਦੋਂ ਸਿਵਲ ਹਸਪਤਾਲ ਦੇ MMO ਡਾਕਟਰ ਜਤਿੰਦਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਇਸ ਮਾਮਲੇ ਤੇ ਪੂਰੀ ਤਰ੍ਹਾਂ ਜਾਂਚ ਕੀਤੀ ਜਾਵੇਗੀ ਅਤੇ ਆਰੋਪੀ ਖਿਲਾਫ ਵੰਡ ਦੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਭਰੋਸਾ ਦਿੱਤਾ ਕਿ ਪੀੜਿਤ ਪਰਿਵਾਰ ਨੂੰ ਰਿਸ਼ਵਤ ਦੇ ਪੈਸੇ ਜਲਦ ਹੀ ਵਾਪਸ ਕੀਤੇ ਜਾਣਗੇ ਹਾਂਜੀ ਸਰ ਕਿੱਦਾਂ ਹਾਲ ਜੀ ਠੀਕ ਹੈ ਮੈਂ ਕਿਹਾ ਵਿੱਚ ਮੇਰਾ ਫੋਨ ਆਉਂਦਾ ਸੀ ਇਸ ਕਰਕੇ ਮੇਰੀ ਗੱਲ ਨਹੀਂ ਹੋ ਸਕੀ ਹਾਂਜੀ ਸਰ ਇਹਦਾ ਨਾ ਗਲਤ ਹੈ ਇਹ ਬਿਲਕੁਲ ਗਲਤ ਹੈ ਠੀਕ ਨਹੀਂ ਹੈ ਗਰੀਬ ਆਦਮੀ ਸਾਡੇ ਕੋਲ ਆਉਂਦੇ ਆ ਤੇ ਉਹਨਾਂ ਨੂੰ ਲੁੱਟੋ ਹਨਾ ਕਹਿੰਦਾ ਜੀ ਜਾਲੀ ਪਈ ਆ ਜੀ ਏਦਾਂ ਹੋਈ ਉਦਾਂ ਹੋਈ ਮੈਂ ਜਾਲੀ ਦਾ ਤਾਂ ਮੈਨੂੰ ਪਤਾ ਨਹੀਂ ਜਾਲੀ ਤੇ ਪੈਣੀ ਚਲੋ ਪੈਣੀ ਪੈਣੀ ਸੀ ਤੂੰ ਮਰੀਜ਼ ਨੂੰ ਲੈ ਕੇ ਦੇ ਚਾਹੇ ਫ੍ਰੀ ਲਾ ਆਵੇ ਚਾਹੇ ਮੁੱਲ ਲਾ ਆਵੇ ਹਨਾ ਲੱਗਦਾ ਕੋਈ ਚੁੰਝ ਭਰਦਾ ਓਹਦੀ ਮੈਂ ਲਾ ਦਿੰਦਾ ਲਾ ਦਿੰਦਾ ਚਲੋ ਠੀਕ ਹੈ ਬਈ ਮੈਂ ਤਾਂ ਇਹਨਾਂ ਦੇ ਹੁਣ ਪੈਸੇ ਵਾਪਸ ਹੋ ਜਾਣਗੇ ਏਦਾਂ ਹੀ ਕਹਿਣਾ ਤੁਹਾਡਾ ਪੈਸੇ ਵਾਪਸ ਹੀ ਪਹਿਲੀ ਤਾਂ ਗੱਲ ਹੈ ਤੇ ਇਹ ਪੈਸੇ ਜੇ ਲਏ ਆ ਤੇ ਜੇ ਕਰਪਸ਼ਨ ਦੇ ਲਏ ਆ ਤੇ ਗਲਤ ਗੱਲ ਹੈ ਨਹੀਂ ਲੈਣੇ ਚਾਹੀਦੇ ਤੇ ਲਏ ਆ ਤੇ ਬਿਲਕੁਲ ਵਾਪਸ ਹੋਣੇ ਆ ਹਨਾ ਕਾਰਵਾਈ ਹੋ ਜੂ ਇੱਥੇ ਹਾਂ ਵਾਪਸ ਵੀ ਹੋਣੇ ਆ ਤੇ ਦੂਜੀ ਗੱਲ ਆਮ ਅੱਗੇ ਤਾਂ ਚਲੋ ਇਹਨਾਂ ਦਾ ਵੀ ਆਪਾਂ ਕਹਿੰਦੇ ਨੀ ਆ ਤੇ ਮਰੀਜ਼ਾਂ ਨੇ ਉਹਦੇ ਨਾਲ ਸੌਦੇਬਾਜ਼ੀ ਕਰਕੇ ਉਹਨੂੰ ਪੈਸੇ ਦਿੱਤੇ ਜਿਹੜੇ ਆ ਉਹ ਤੇ ਗਲਤ ਗੱਲ ਆ ਮੈਨੂੰ ਦੱਸਦੇ ਮੈਂ ਉਹਨੂੰ ਕਹਿੰਦਾ ਵੀ ਭਾਈ ਤੂੰ ਪੈਸੇ ਕਾਹਦੇ ਮੰਗਦਾ ਸਹੀ ਗੱਲ ਆ ਜਿਹੜਾ ਤੂੰ ਮਟੀਰੀਅਲ ਕਹਿੰਦਾ ਤੇ ਚਾਹੀਦਾ ਸਿਫਾਰਸ਼ ਕਰਨੀ ਪਵੇ ਮੈਂ ਫੋਨ ਕਰਕੇ ਕਹਿਣਾ ਤੇ ਭਾਈ ਗਰੀਬ ਆਦਮੀ ਹੈ ਇਹਨਾਂ ਦੇ ਪੈਸੇ ਜਿਹੜੇ ਆ ਘੱਟ ਕਰਕੇ ਨਾ ਇਹਨੂੰ ਕੰਸੈਸ਼ਨ ਦਿਓ ਮੇਰੇ ਵੱਲੋਂ ਆ ਜਿਹੜਾ ਕਿਤੇ ਕੋਈ ਜਿਹਦਾ ਕੋਈ ਟੈਸਟ ਸਾਡੇ ਇੱਥੇ ਨਹੀਂ ਹੁੰਦਾ ਮੈਂ ਪਿਛਲੀ ਲੈਬ ਨੂੰ ਨਾ ਆਪਣੇ ਹਰੇ ਤਿੰਨ ਨਾਲ ਲਿਖ ਕੇ ਭੇਜ ਦਿੰਦਾ ਵੀ ਕੰਸੈਸ਼ਨ ਚਲੋ ਆਹੋ ਤੁਹਾਡਾ ਫਾਇਦਾ ਹੋ ਜਾਂਦਾ ਕਿਸੇ ਗਰੀਬ ਦਾ ਬੰਦੇ ਦਾ ਵਿਚਾਰੇ ਦਾ ਮੈਨੂੰ ਇਸ ਗੱਲ ਦਾ ਇਹਨਾਂ ਨੂੰ ਜੇ ਇਹ ਨਹੀਂ ਸਮਝ ਪੈਂਦੀ ਮੈਨੂੰ ਹਾਂਜੀ ਮੇਰੇ ਆਲੇ ਦੁਆਲੇ ਦੇ ਸਟਾਫ ਨੂੰ ਕੋਈ ਇਹਨੇ ਏਦਾਂ ਦੇ ਕੰਮਾਂ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ ਪੈਸੇ ਪੂਸੇ ਇਹਨੇ ਲੈਣਾ ਬਣਨਾ ਬਣਾਉਣਾ ਕੀ ਹੁੰਦਾ ਕੁਛ ਨਹੀਂ ਹੋਣਾ ਹੁੰਦਾ ਹਾਂਜੀ ਗੱਲ ਤਾਂ ਸਹੀ ਆ ਫਲੋਰ ਤੋਂ ਰਾਜਕੁਮਾਰ ਨੰਗਲ ਦੀ ਰਿਪੋਰਟ ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ